ਜਨਤਾ ਪਾਰਟੀ ਦੀ ਸਰਕਾਰ, ਨਰਿੰਦਰ ਮੋਦੀ ਜੀ ਦੀ ਸਰਕਾਰ ਰਿਜ਼ਰਵੇਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ, ਤਹਿਸ ਨਹਿਸ ਕਰਨਾ ਚਾਹੁੰਦੀ ਹੈ, ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤਾਂ ਕਿ ਦੇਸ਼ ਵਿੱਚ ਇਹ ਦੱਬੇ ਕੁਚਲੇ ਲੋਕ, ਚਾਹੇ ਉਹ SC ਹੋਣ, ਚਾਹੇ ST ਹੋਣ, ਚਾਹੇ OBC ਹੋਣ, ਉਹਨਾਂ ਨੂੰ ਜਿਹੜੇ ਸੰਵਿਧਾਨ 'ਚ ਅਧਿਕਾਰ ਮਿਲੇ ਆ ਉਹਨਾਂ ਨੂੰ ਕਿਸ ਤਰ੍ਹਾਂ ਛੀਨਣਾ ਚਾਹੁੰਦੀ ਹੈ, ਖੋਹਣਾ ਚਾਹੁੰਦੀ ਹੈ। ਇਸ ਉੱਤੇ ਕੱਲ ਵੀ ਤਰਤੀਬ ਨਾਲ ਆਪਾਂ ਗੱਲ ਕੀਤੀ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹਨਾਂ ਲੋਕਾਂ ਦੇ ਕੋਲ ਜ਼ਮੀਨ ਨਹੀਂ ਸੀ, ਕੁਦਰਤੀ ਸਾਧਨਾਂ ਦਾ, ਨੈਚੁਰਲ ਸੋਰਸਿਸ ਦਾ ਕੋਈ ਹਿੱਸਾ ਨਹੀਂ ਸੀ, ਉਹ ਦੇਸ਼ ਵਿੱਚ ਬੇਗਾਨਿਆਂ ਵਾਲੀ ਬਹੁਤ ਬੁਰੀ ਹਾਲਤ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਔਰ ਉਹਨਾਂ ਵਾਸਤੇ ਦੇਸ਼ ਦੇ ਸੰਵਿਧਾਨ ਘੜਨ ਵਾਲਿਆਂ ਨੇ, ਖਾਸ ਕਰਕੇ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਪ੍ਰੋਵੀਜ਼ਨ ਕਰਕੇ ਦਿੱਤਾ। ਇੱਕ ਨੌਕਰੀ ਸੀ, ਸਰਕਾਰੀ ਨੌਕਰੀ ਸੀ, ਜਿਹਦੇ ਨਾਲ ਉਹ ਆਪਣਾ ਜੀਵਨ ਪੱਧਰ ਠੀਕ ਕਰ ਸਕਦੇ ਸੀ, ਉੱਚਾ ਕਰ ਸਕਦੇ ਸੀ, ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸੀ ਜਾਂ ਆਪਣਾ ਪੇਟ ਪਾਲ ਸਕਦੇ ਸੀ। ਆਬਾਦੀ ਦੇ ਹਿਸਾਬ ਨਾਲ ਸ਼ਡਿਊਲ ਟ੍ਰਾਈਬਸ ਨੂੰ, ਸ਼ਡਿਊਲ ਕਾਸਟਾਂ ਨੂੰ ਉਹਦੀ ਰਿਜ਼ਰਵੇਸ਼ਨ ਮਿਲੀ, ਪਰ ਉਸ ਰਿਜ਼ਰਵੇਸ਼ਨ ਨੂੰ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਗਿਆ ਸਰਕਾਰੀ ਨੌਕਰੀਆਂ 'ਚ, ਚਾਹੇ ਉਹ ਪਹਿਲੇ UPA ਦੀ ਸਰਕਾਰ ਵੀ ਰਹੀ, ਹੁਣ ਪਿਛਲੇ 10 ਸਾਲਾਂ ਤੋਂ BJP ਦੀ ਸਰਕਾਰ, NDA ਦੀ ਸਰਕਾਰ ਆ, 11ਵੇਂ ਸਾਲ 'ਚ ਪ੍ਰਵੇਸ਼ ਕਰ ਗਈ ਹੈ। ਵੈਸੇ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਆਮ ਕਰਕੇ ਪਿੰਡਾਂ 'ਚ ਬਜ਼ੁਰਗ ਕਹਿੰਦੇ ਹੁੰਦੇ ਸੀ, ਭਾਈ ਜਨਸੰਘ ਕੋਲੋਂ ਬਚ ਕੇ ਰਹੋ, ਇਹ ਤੁਹਾਡੇ ਸਾਰਿਆਂ ਦੇ ਅਧਿਕਾਰ ਜਿਹੜੇ ਆ ਖਾ ਜਾਣਗੇ, ਤੁਹਾਨੂੰ ਫਿਰ ਦੁਬਾਰਾ ਗੁਲਾਮ ਕਰ ਦੇਣਗੇ, ਤੁਹਾਡੇ ਕੋਲੋਂ ਨੌਕਰੀ ਵੀ ਖੋਲਣਗੇ, ਪੜ੍ਹਾਈ ਦਾ ਹੱਕ ਵੀ ਖੋਲਣਗੇ। ਤੇ ਅੱਜ ਉਹੀ ਗੱਲ ਜਿਸ ਗੱਲ ਦਾ ਖਦਸ਼ਾ ਆਮ ਆਦਮੀ ਪਾਰਟੀ ਵੀ ਕਰਦੀ ਰਹੀ ਹੈ ਤੇ ਹੋਰ ਪਾਰਟੀਆਂ ਵੀ ਕਹਿੰਦੀਆਂ ਰਹੀਆਂ, ਨੇਤਾਗਣ ਕਹਿੰਦੇ ਰਹੇ, BJP ਦੇ ਉੱਤੇ ਸ਼ੁਰੂ ਤੋਂ 2014 ਤੋਂ ਹੀ ਇਹ ਖਦਸ਼ਾ ਰਿਹਾ ਕਿ ਇਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਹੈ, ਇਹਨਾਂ ਨੇ ਗਰੀਬ ਲੋਕਾਂ ਨੂੰ ਮਿਲੇ ਅਧਿਕਾਰ ਖੋਹਣੇ ਆ। ਉਹ ਚੁੱਕੇ ਚੁੱਕੇ ਉਹ ਨੌਕਰੀਆਂ ਦੇ ਵਿੱਚ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਪਿੱਛੇ ਜੇ 45 ਲੇਟਰਲ ਐਂਟਰੀ ਦਾ ਮੁੱਦਾ ਦੇਸ਼ ਵਿੱਚ ਆਇਆ ਤੇ ਤੁਸੀਂ ਦੇਖਿਆ ਵੀ ਕਿੱਦਾਂ ਦੇਸ਼ ਦੀ ਸਰਕਾਰ ਨੇ, BJP ਨੇ ਕਿਹਾ ਲਓ ਜੀ ਇਹ ਤਾਂ ਨਹੀਂ, ਅਸੀਂ ਕੈਂਸਲ ਕਰ ਰਹੇ ਹਾਂ। ਇਸ ਤਰ੍ਹਾਂ ਸ਼ੋਅ ਕੀਤਾ ਲੋਕਾਂ ਨੂੰ ਵੀ ਜਿਵੇਂ ਸਾਨੂੰ ਪਤਾ ਨਹੀਂ ਲੱਗਿਆ, ਇਹ ਤਾਂ UPSC ਨੇ ਇਹ ਲੇਟਰਲ ਐਂਟਰੀ ਦਾ ਕੰਮ ਸ਼ੁਰੂ ਕਰਤਾ। ਲੇਕਿਨ ਅੱਜ ਉਹਦੇ ਵਿੱਚ ਪਰਦਾ ਫਾਸ ਕਰਨ ਵਾਸਤੇ ਕਿ BJP ਹੁਣ ਨਹੀਂ, ਇਹ 11ਵੇਂ ਸਾਲ 'ਚ ਨਹੀਂ ਕਰ ਰਹੀ, ਬਲਕਿ 2018 ਤੋਂ ਹੀ ਜਿਹੜੀਆਂ UPSC ਦੀਆਂ ਪੋਸਟਾਂ, ਜਿਹੜੀਆਂ IAS IPS ਵੱਡੇ ਅਹੁਦੇ ਆ, ਉਹਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਡਾਇਰੈਕਸ਼ਨਾਂ ਆਉਂਦੀਆਂ ਸੀ, ਕਿਸ ਤਰ੍ਹਾਂ ਇਹ 2018
19 मार्च 2018 ਦਾ ਰਿਕਾਰਡ ਆ ਇਹ ਸਰਕਾਰੀ ਜੋ ਅਖਬਾਰ ਨੇ ਛਾਪਿਆ, ਜਿਹਦੇ ਵਿੱਚ ਇਹ ਕਿਹਾ ਗਿਆ ਪ੍ਰਧਾਨ ਮੰਤਰੀ ਕਾਰਿਆਲੇ ਤੋਂ ਡਾਇਰੈਕਸ਼ਨ ਆਉਂਦੀ ਹੈ, ਹੁਕਮ ਆਉਂਦੇ ਆ ਕਿ 50 ਪੋਸਟਾਂ ਲੇਟਰਲ ਐਂਟਰੀ ਵਿੱਚ ਰੱਖੀਆਂ ਜਾਣ, ਜਿਹਦੇ ਵਿੱਚ 10 ਜੁਆਇੰਟ ਸੈਕਟਰੀ, 10 ਡਿਫਰੈਂਟ ਡਿਫਰੈਂਟ ਮਿਨਿਸਟਰੀ ਦੇ ਵਿੱਚ 10-10 ਡਿਪਟੀ ਸੈਕਟਰੀ ਰੱਖੇ ਜਾਣ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।